स्वागत इक बार फिर तो ਤੁਹਾਡਾ ਸਾਰਿਆਂ ਦਾ ਪ੍ਰਾਈਮ ਏਸ਼ੀਆ ਟੀਵੀ ਤੁਸੀਂ ਦੇਖ ਰਹੇ ਹੋ ਮੈਂ ਹਾਂ ਨਵਜੀਤ ਤੇ ਪ੍ਰੋਗਰਾਮ ਦਾ ਨਾਮ ਹੈ ਪ੍ਰਾਈਮ ਡਿਸਕਸ਼ਨ ਵਿਦ ਜਤਿੰਦਰ ਪੰਨੂ ਹਰ ਰੋਜ਼ ਦੀ ਤਰ੍ਹਾਂ ਦੇਸ਼ ਦੇ ਖਬਰਾਂ ਤੇ ਚਰਚਾ ਕਰਨ ਲਈ ਸੀਨੀਅਰ ਪੱਤਰਕਾਰ ਜਤਿੰਦਰ ਪੰਨੂ ਜੀ ਦਾ ਸਾਥ ਤੇ ਸਭ ਤੋਂ ਪਹਿਲਾਂ ਸਵਾਗਤ ਕਰਦੇ ਫਿਰ ਚਰਚਾ ਪੰਨੂ ਸਾਹਿਬ ਸਵਾਗਤ ਜੀ ਸਤਿ ਸ਼੍ਰੀ ਅਕਾਲ ਜੀ ਸ਼ੁਕਰੀਆ ਨਵਜੀਤ ਜੀ ਸਤਿ ਸ਼੍ਰੀ ਅਕਾਲ ਪੰਨੂ ਸਾਹਿਬ ਬਹੁਤ ਸਾਰੀਆਂ ਖਬਰਾਂ ਜਿਨ੍ਹਾਂ ਤੇ ਚਰਚਾ ਕਰਨੀ ਹੈ ਪਰ ਸ਼ੁਰੂਆਤ 26 ਜਨਵਰੀ ਦੀ ਪ੍ਰੇਡ ਤੇ ਹੋਣ ਵਾਲੀਆਂ ਝਾਕੀਆਂ ਨੂੰ ਲੈ ਕੇ ਕਰਦੇ ਹਾਂ ਕਿਉਂਕਿ ਕੇਂਦਰ ਸਰਕਾਰ ਨੇ ਜੇਕਰ ਮਨਾ ਕੀਤਾ ਸੀ ਤੇ ਪੰਜਾਬ ਦੇ ਵਿੱਚ ਮੁੱਖ ਮੰਤਰੀ ਸਾਹਿਬ ਕਹਿੰਦੇ ਅਸੀਂ ਵਕ ਵਕ ਪਿੰਡਾਂ ਦੇ ਵਿੱਚ ਝਾਕੀਆਂ ਲੈ ਕੇ ਜਾਵਾਂਗੇ ਲੋਕਾਂ ਨੂੰ ਦੱਸਾਂਗੇ ਪਰ ਹੁਣ ਇਸ ਮਾਮਲੇ ਤੇ ਕੇਂਦਰ ਸਰਕਾਰ ਦਾ ਨਵਾਂ ਫੈਸਲਾ ਆਇਆ ਫੈਸਲਾ ਕੀ ਹੈ ਜੀ ਤੇ ਕਿਸ ਤਰ੍ਹਾਂ ਦਾ ਪ੍ਰਭਾਵ ਆਉਂਦੇ ਸਮੇਂ ਨੂੰ ਪੈ ਸਕਦਾ ਨਵਜੀਤ ਜੀ ਇੱਕ ਸਾਡੇ ਹਿੰਦੀ ਦੇ ਕਵੀ ਦੀ ਕਵਿਤਾ ਵਿੱਚ ਸ਼ੇਅਰ ਆ ਮੈਨੂੰ ਪੂਰਾ ਸ਼ੇਅਰ ਨਹੀਂ ਯਾਦ ਹੋ ਸਕਦਾ ਮੈਂ ਗਲਤ ਪੜ ਜਾਵਾਂ ਕੌਣ ਕਹਤਾ ਹੈ ਆਸਮਾਂ ਮੈਂ ਸ਼ੇਦ ਨਹੀਂ ਹੁੰਤਾ ਇੱਕ ਪੱਥਰ ਤੋਂ ਤਬੀਅਤ ਸੇ ਉਛਾਲੋ ਯਾਰੋ ਜੀ ਇੱਕ ਈ ਗੱਲ ਏ ਕਿ ਹੁੰਦਾ ਨਹੀਂ ਜੇ ਤਬੀਅਤ ਨਾਲ ਮਨ ਨਾਲ ਇਰਾਦੇ ਨਾਲ ਕੋਈ ਕਦਮ ਚੁੱਕਿਆ ਜਾਵੇ ਤੇ ਉਹ ਸਿੱਟੇ ਕੱਢਦਾ ਐਸ ਵਾਰੀ 26 ਜਨਵਰੀ ਦੀ ਪਰੇਡ ਵਾਸਤੇ ਜਦੋਂ ਝਾਕੀਆਂ ਮੰਗੀਆਂ ਗਈਆਂ ਤੇ ਸਾਰੇ ਸੂਬਿਆਂ ਨੇ ਦਿੱਤੀਆਂ ਸਾਡੇ ਪੰਜਾਬ ਦੀਆਂ ਝਾਕੀਆਂ ਵੀ ਤਿੰਨ ਗਈਆਂ ਕਿ ਤਿੰਨਾਂ ਚੋਂ ਜੜੀ ਮਰਜ਼ੀ ਇੱਕ ਚੁਣ ਲੋ ਉਹਨਾਂ ਚੋ 2 ਚਾਕੀਆਂ ਦੇ ਵੱਖ-ਵੱਖ 2-2 ਡਿਜ਼ਾਈਨ ਵਿੱਚ ਸੀ। ਜਵਾਬ ਆ ਗਿਆ ਕਿ ਤੁਹਾਡੀਆਂ ਸਾਰੀਆਂ ਰਿਜੈਕਟਡ ਤੇ ਅਸੀਂ ਨਹੀਂ ਵਿੱਚ ਲਿਆਉਣੀ। ਸਾਡੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਖਿਆ ਕਿ ਪੰਜਾਬੀਆਂ ਦੀ ਬੇਇੱਜ਼ਤੀ ਕੀਤੀ ਗਈ ਆ। ਔਰ ਇੱਕ ਵਾਰ ਨਹੀਂ ਲਗਾਤਾਰ ਦੂਜੇ ਸਾਲ ਕੀਤੀ ਗਈ ਆ ਤੇ ਪੰਜਾਬ ਦੇ ਲੋਕ ਬਰਦਾਸ਼ਤ ਨਹੀਂ ਕਰਨਗੇ। ਚੰਗੀ ਗੱਲ ਇਹ ਹੋਈ ਕਿ ਇਹਦੇ ਉੱਤੇ ਵਿਰੋਧੀ ਧਿਰਾਂ ਦੇ ਵਿੱਚੋਂ ਸਭ ਤੋਂ ਪਹਿਲਾਂ ਆਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਆਖਿਆ ਕਿ ਇਹ ਨਹੀਂ ਹੋਣਾ ਚਾਹੀਦਾ ਸਾਡੇ ਪੰਜਾਬੀਆਂ ਦੀ ਬੇਇੱਜ਼ਤੀ ਹੈ ਝਾਕੀਆਂ ਸ਼ਾਮਲ ਕੀਤੀ ਜਾਣੀ ਚਾਹੀਦੀ ਹੈ ਜੀ ਉਹਦੇ ਸੁਖਬੀਰ ਸੌਰਾਂ ਦੇ ਵੇਲੇ ਵੀ ਕੈਪਟਨ ਅਮਰਿੰਦਰ ਸਿੰਘ ਦੇ ਵਕਤ ਵੀ ਝਾਕੀਆਂ ਰੱਦ ਹੁੰਦੀਆਂ ਰਹੀਆਂ ਨੇ ਜਿਹਦੇ ਵਕਤ ਵੀ ਰੱਦ ਹੋਈਆਂ ਉਹਨਾਂ ਸਾਰਿਆਂ ਨੇ ਬੁਰਾ ਮਨਾਇਆ ਸੀ ਪਰ ਕਿਸੇ ਨੇ ਇਹਨੂੰ ਏਡਾ ਵੱਡਾ ਮੁੱਦਾ ਨਹੀਂ ਸੀ ਬਣਾਇਆ ਜਿੱਡਾ ਭਗਵੰਤ ਮਾਨ ਦੀ ਸਰਕਾਰ ਨੇ ਬਣਾਤਾ ਇਦੇ ਉੱਤੇ ਭਾਜਪਾ ਵਾਲਿਆਂ ਨੂੰ ਇਤਰਾਜ਼ ਵੀ ਸੀ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਕੁਝ ਗੱਲਾਂ ਇਸ ਮਾਮਲੇ 'ਚ ਕਹਿ ਕੇ ਤੇ ਇੱਕ ਨਵੀਂ ਕੰਟਰੋਵਰਸੀ ਇੱਕ ਨਵਾਂ ਵਿਵਾਦ ਵੀ ਛੇੜ ਲਿਆ ਜਿਹੜਾ ਉਹਨਾਂ ਨੂੰ ਛੇੜਨਾ ਨਹੀਂ ਸੀ ਚਾਹੀਦਾ ਉਹ ਸਿਆਣੇ ਆਦਮੀ ਪਤਾ ਨਹੀਂ ਕਿ ਕਿੱਦਾਂ ਹੋ ਗਿਆ ਪਰ ਉਸ ਗੱਲ ਨੂੰ ਅਸੀਂ ਇੱਥੇ ਛੱਡ ਦਿੰਨੇ ਹਾਂ ਜੋ ਕੁਝ ਇੱਥੇ ਆਖਿਆ ਗਿਆ ਐਨ ਉਹ ਕੁਝ ਪੱਛਮੀ ਬਗਾਲ ਦਿੱਲੀ ਤੇ ਕਰਨਾਟਕ ਵਿੱਚ ਵੀ ਆਖਿਆ ਗਿਆ ਕਿ ਇਹਨਾਂ ਨਾਲ ਵੀ ਵਿਤਕਰਾ ਕੀਤਾ ਗਿਆ ਕਰਨਾਟਕ ਦੀ ਸਰਕਾਰ ਨੇ ਆਖਿਆ ਲਗਾਤਾਰ ਦੋ ਵਾਰ ਸਾਡੀ ਝਾਕੀ ਰੱਦ ਕੀਤੀ ਗਈ ਹੈ ਇਹ ਕਰਨਾਟਕ ਦੇ ਲੋਕਾਂ ਦਾ 6 ਕਰੋੜ ਲੋਕਾਂ ਦਾ અપਮਾਨ ਹੈ ਸਾਡੀ ਇਹ ਬੇਇੱਜ਼ਤੀ ਕੀਤੀ ਗਈ ਹੈ ਅਸੀਂ ਲੋਕਾਂ ਚੇ ਗੱਲ ਜਾਵਾਂਗੇ ਕਰਨਾਟਕ ਦੀ ਭਾਜਪਾ ਦੇ ਪ੍ਰਧਾਨ ਨੇ ਵੀ ਉਥੋਂ ਦੇ ਕਾਂਗਰਸੀ ਮੁੱਖ ਮੰਤਰੀ ਦੇ ਖਿਲਾਫ ਬਥੇਰਾ ਕੁਝ ਆਖਿਆ ਇਹ ਮਸਲਾ ਅੱਗੇ ਤੁਰ ਪਿਆ ਫਿਰ ਕੇਂਦਰ ਸਰਕਾਰ ਤੋਂ ਡਿਫੈਂਸ ਮਿਨਿਸਟਰੀ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲ ਮੈਸੇਜ ਭੇਜਿਆ ਕਿ ਜਿਹੜੀਆਂ ਝਾਕੀਆਂ ਤੁਹਾਡੀਆਂ ਰਿਪਬਲਿਕ ਡੇ ਪਰੇਡ ਵਿੱਚ ਨਹੀਂ ਆ ਸਕੀਆਂ ਰੱਦ ਹੋ ਗਈਆਂ ਨੇ ਉਹ ਤੁਸੀਂ ਸਾਨੂੰ ਦੇ ਦਿਓ ਲਾਲ ਕਿਲੇ ਤੋਂ ਇੱਕ ਹੋਰ ਇਹੋ ਜਿਹਾ ਪ੍ਰੋਗਰਾਮ ਹੁੰਦਾ ਉਹਦੇ ਵਿੱਚ ਝਾਕੀਆਂ ਸ਼ਾਮਲ ਕੀਤੀਆਂ ਜਾਂਦੀਆਂ ਟਰੈਕਟਰ ਵੀ ਸਾਡਾ ਓ ਟ੍ਰਾਲੀ ਵੀ ਸਾਡੀ ਓ ਡਰਾਈਵਰ ਵੀ ਸਾਡਾ ਉਹ ਤੁਸੀਂ ਝਾਕੀਆਂ ਭੇਜ ਦਿਓ ਜੀ ਇਹਨਾਂ ਨੇ ਆਖਿਆ ਜੀ ਸਾਡੇ ਸ਼ਹੀਦ ਭਗਤ ਸਿੰਘ ਦੀ ਝਾਕੀ ਅਸੀਂ ਬਣਾਈ ਸੀ ਅਸੀਂ ਮਹਾਰਾਜਾ ਰਣਜੀਤ ਸਿੰਘ ਦੀ ਝਾਕੀ ਬਣਾਈ ਸੀ ਮਾਈ ਭਾਗੂ ਦੀ ਬਣਾਈ ਸੀ ਅਸੀਂ ਪੰਜਾਬ ਦੇ ਮਹਿਲਾ ਸ਼ਕਤੀ ਬਣਾਈ ਸੀ ਕਿ ਕੁੜੀਆਂ ਫਲਕਾਰੀ ਵੀ ਕੱਢਦੀਆਂ ਨੇ ਤੇ ਕੁੜੀਆਂ ਫੌਜਾਂ ਵਿੱਚ ਭਰਤੀ ਦੀ ਤਿਆਰੀ ਵੀ ਕਰਦੀਆਂ ਨੇ। ਕੀ ਅਸੀਂ ਪੰਜਾਬ ਦੇ ਸੱਭਿਆਚਾਰ ਨੂੰ ਪੰਜਾਬ ਦੇ ਸ਼ਹੀਦ ਭਗਤ ਸਿੰਘ ਹੋਰਾਂ ਨੂੰ ਇਹਨਾਂ ਸਾਰਿਆਂ ਨੂੰ ਅਸੀਂ ਰਿਜੈਕਟਡ ਮਾਲ ਵਿੱਚ ਸ਼ਾਮਲ ਕਰ ਲਈਏ? ਅਸੀਂ ਨਹੀਂ ਕਰਦੇ ਤੁਹਾਡੀ ਉਸ ਰਿਜੈਕਟਡ ਮਾਲ ਵਾਲੀ ਪਰੇਡ ਦੇ ਵਿੱਚ ਅਸੀਂ ਬਿਲਕੁਲ ਨਹੀਂ ਭੇਜਣੀ ਆ। ਇਹਦੀ ਥਾਂ ਤੇ ਅਸੀਂ ਇਹ ਕਰਾਂਗੇ ਕਿ ਝਾਕੀਆਂ ਪੰਜਾਬ ਦੇ ਹਰ ਜ਼ਿਲ੍ਹੇ ਚ ਪਿੰਡ-ਪਿੰਡ ਲੋਕਾਂ ਤੱਕ ਲਿਜਾਵਾਂਗੇ, ਘੁਮਾਵਾਂਗੇ। ਕਿ ਆਹ ਕੁਝ ਸਾਡੇ ਕੋਲ ਆ ਜਿਹਨੂੰ ਭਾਰਤ ਸਰਕਾਰ ਪਸੰਦ ਨਹੀਂ ਕਰਦੀ ਅਸੀਂ ਦਿੱਲੀ ਵਿੱਚ ਵੀ ਜਾ ਕੇ ਪੰਜਾਬ ਭਵਨ ਦੇ ਵਿੱਚ ਇਹਦਾ ਇੱਕ ਮਾਡਲ ਰੱਖਾਂਗੇ ਕਿ ਆਹ ਕੁਝ ਆ ਜਿਹੜਾ ਕੇਂਦਰ ਸਰਕਾਰ ਨੂੰ ਪਸੰਦ ਨਹੀਂ ਆਉਂਦਾ ਕੁਝ ਇਸੇ ਕਿਸਮ ਦੀਆਂ ਗੱਲਾਂ ਪੱਛਮੀ ਬੰਗਾਲ ਦਿੱਲੀ ਤੇ ਕਰਨਾਟਕਾ ਵਾਲਿਆਂ ਨੇ ਵੀ ਕੀਤੀਆਂ ਮੈਨੂੰ ਨਹੀਂ ਪਤਾ ਉਹਨਾਂ ਕੀ ਕੀਤੀਆਂ ਤੇ ਕੀ ਨਹੀਂ ਕੀਤੀਆਂ ਇਹਦੇ ਬਾਅਦ ਜਿਹੜੀ ਡਿਫੈਂਸ ਮਿਨਿਸਟਰੀ ਹੈ ਭਾਰਤ ਸਰਕਾਰ ਦਾ ਰੱਖਿਆ ਮੰਤਰਾਲਾ जिदे जिम्मे ਹੁੰਦਾ ਕਿ ਰਿਪਬਲਿਕ ਡੇ ਪਰੇਡ ਵਿੱਚ ਕਿਹੜੀ ਚੀਜ਼ ਸ਼ਾਮਲ ਕਰਨੀ ਹੈ ਤੇ 26 ਜਨਵਰੀ ਨੂੰ ਤੇ ਕਿਹੜੀ ਨਹੀਂ ਕਰਨੀ। ਉਹਨਾਂ ਨੇ ਫਿਰ ਇੱਕ ਮੀਟਿੰਗ ਸੱਦੀ ਮੀਟਿੰਗਾਂ ਸ਼ਾਇਦ 2 ਜਾਂ 3 ਹੋਈਆਂ ਨੇ। ਅਖੀਰ ਨੂੰ ਉੱਥੇ ਫੈਸਲਾ ਹੋਇਆ ਕਿ ਕਿਉਂਕਿ 28 ਰਾਜਾਂ ਤੋਂ ਝਾਕੀਆਂ ਆਉਣੀਆਂ ਹੁੰਦੀਆਂ ਯੂਨੀਅਨ ਟੈਰੀਟਰੀਆਂ ਜਿਹੜੀਆਂ ਨੇ ਕੇਂਦਰੀ ਸ਼ਾਸਿਤ ਪ੍ਰਦੇਸ਼ ਉਹਨਾਂ ਦੀਆਂ ਵੀ ਝਾਕੀਆਂ ਆਉਣੀਆਂ ਹੁੰਦੀਆਂ ਤੇ ਝਾਕੀਆਂ ਉੱਥੇ 15 ਕਮਸਾਂ ਜਾਣੀਆਂ ਹੁੰਦੀਆਂ ਬਾਕੀ ਕਟਣੀਆਂ ਪੈਂਦੀਆਂ ਨੇ। ਇਹ ਸਾਰੀਆਂ ਝਾਕੀਆਂ ਸ਼ਾਮਲ ਨਹੀਂ ਕੀਤੀਆਂ ਜਾ ਸਕਦੀਆਂ। ਮਜਬੂਰੀ ਸਮਝੋ ਪਰ ਨਾਲ ਇਹ ਵੀ ਗੱਲ ਪੱਕੀ ਹੋ ਗਈ ਕਿ ਤੁਹਾਨੂੰ ਰੋਸਦਾ ਮੌਕਾ ਨਹੀਂ ਦਿਵਾਂਗੇ ਕੋਈ ਵੀ ਸੂਬਾ ਹੋਵੇ ਕੋਈ ਵੀ ਕੇਂਦਰੀ ਸਿਆਸਤ ਪ੍ਰਦੇਸ਼ ਹੋਵੇ ਅਗਰ ਤਿੰਨਾਂ ਸਾਲਾਂ ਦੇ ਵਿੱਚ ਉਹਦੀ ਇੱਕ ਵਾਰ ਵਾਰੀ ਜ਼ਰੂਰ ਆਊਗੀ ਇਹ ਅਸੀਂ ਗਾਰੰਟੀ ਕਰ ਦਿੰਦੇ ਆ ਯਕੀਨ ਦਵਾ ਦਿੰਦੇ ਆ ਅਗਲੇ 3 ਸਾਲ ਜਨਵਰੀ 2025 ਜਨਵਰੀ 2026 ਤੇ ਜਨਵਰੀ 2027 ਬਾਰੇ ਹੁਣੇ ਫੈਸਲਾ ਹੋ ਗਿਆ ਕਿ ਇਹ ਜਿਹੜੇ ਰਾਜਾਂ ਨੇ ਪ੍ਰੋਟੈਸਟ ਕੀਤਾ ਇਹਨਾਂ ਦੀਆਂ ਝਾਕੀਆਂ ਉੱਚ ਸ਼ਾਮਲ ਕੀਤੀਆਂ ਜਾਣਗੀਆਂ ਮੈਂ ਸਮਝਦਾ ਪੰਜਾਬ ਦੀ ਸਰਕਾਰ ਨੇ ਜਿਹੜਾ ਪ੍ਰੋਟੈਸਟ ਕੀਤਾ ਸੀ ਜਿਹੜਾ ਰੋਸ ਕੀਤਾ ਸੀ ਜਿਹੜਾ ਪੰਜਾਬ ਦੇ ਲੋਕਾਂ ਦੇ ਮਾਨ ਸਨਮਾਨ ਦਾ ਮੁੱਦਾ ਬਣਿਆ ਸੀ ਉਹਦਾ ਸਿੱਟਾ ਇਹ ਨਿਕਲਿਆ ਕਿ ਕੇਂਦਰ ਸਰਕਾਰ ਨੂੰ ਉਹਦੇ ਉੱਤੇ ਫੈਸਲਾ ਲੈਣਾ ਪਿਆ ਗਿਆ ਇਸ ਮਾਮਲੇ ਦੇ ਵਿੱਚ ਜਿੰਨੇ ਵੀ ਸੂਬੇ ਉਹਨਾਂ ਸਾਰਿਆਂ ਦੇ ਦਿੱਲੀ ਵਿੱਚਲੇ ਰੈਜੀਡੈਂਟ ਕਮਿਸ਼ਨਰ ਹਰ ਸੂਬੇ ਦੀ ਸਰਕਾਰ ਦਾ ਇੱਕ ਰੈਜੀਡੈਂਟ ਕਮਿਸ਼ਨਰ ਉੱਥੇ ਹੁੰਦਾ ਉਹਨਾਂ ਦੀ ਮੀਟਿੰਗ ਵਿੱਚ ਬਕਾਇਦਾ ਫੈਸਲਾ ਹੋ ਗਿਆ ਕਿ ਅੱਗੇ ਤੋਂ ਕਿਸੇ ਨੂੰ ਰੋਸ ਦਾ ਮੌਕਾ ਨਹੀਂ ਦਿੱਤਾ ਜਾਵੇਗਾ ਪਹਿਲਾਂ ਜਿਹੜੀ ਗੱਲ ਹੋਈ ਸੀ ਉਹਦੇ ਚਕਲਾ ਇਹ ਨਹੀਂ ਸੀ ਰੋਸ ਦਾ ਮੋਕਾ ਕਿ ਸਾਡੀ ਝਾਕੀ ਰੱਦ ਕੀਤੀ ਗਈ। ਨਾਲ ਰੋਸ ਇਸ ਗੱਲ ਤੇ ਵੀ ਜੁੜ ਗਿਆ ਸੀ ਕਿ ਜਦੋਂ ਵੀ ਰੱਦ ਕੀਤੀਆਂ ਜਾਂਦੀਆਂ ਸਿਰਫ ਉਹਨਾਂ ਰਾਜਾਂ ਦੀਆਂ ਸਰਕਾਰਾਂ ਦੀਆਂ ਝਾਕੀਆਂ ਰੱਦ ਕੀਤੀਆਂ ਜਾਂਦੀਆਂ ਜਿੱਥੇ ਕੇਂਦਰ ਵਿੱਚ ਰਾਜ ਕਰਦੀ ਭਾਰਤੀ ਜਨਤਾ ਪਾਰਟੀ ਦੀ ਆਪਣੀ ਸਰਕਾਰ ਨਹੀਂ। ਜਿੱਥੇ ਭਾਰਤੀ ਜਨਤਾ ਪਾਰਟੀ ਦੀਆਂ ਆਪਣੀਆਂ ਸਰਕਾਰਾਂ ਨੇ ਉਹ ਝਾਕੀਆਂ ਪਾਸ ਕਰ ਦਿੱਤੀਆਂ ਜਾਂਦੀਆਂ। ਸਾਡੇ ਪੰਜਾਬ ਦੀ ਝਾਕੀ ਰੱਦ ਕਰਨ ਲੱਗਿਆ ਕੋਈ ਕਾਰਨ ਵੀ ਇਹੋ ਜਿਹਾ ਨਹੀਂ ਗਿਣਾਇਆ ਗਿਆ। ਜਿਹੜੇ ਕਾਰਨ ਦੱਸੇ ਗਏ ਉਹ ਤਾਂ ਇਦਾਂ ਦੇ ਸੀ ਕਿ ਤੇਰੇ ਘਰ ਨਹੀਂ ਵਸਣਾ ਤੇਰੀ ਰੋਟੀ ਖਾਂਦੇ ਆ ਦਾੜੀ ਹਿਲਦੀ ਆ ਕਿਸੇ ਕਿਸਮ ਦੀ ਇਹੋ ਜੀ ਗੱਲ ਨਹੀਂ ਸੀ ਚਲੋ ਸਾਡੇ ਮੁੱਖ ਮੰਤਰੀ ਦੇ ਇਸ ਪ੍ਰੋਟੈਸਟ ਬਹੁਤ ਸਖਤ ਰੋਸ ਕਰਨ ਤੋਂ ਬਾਅਦ ਇੱਕ ਸਿੱਟਾ ਨਿਕਲਿਆ ਅਗਲੇ 3 ਸਾਲਾਂ ਦਾ ਮੌਕਾ ਹੁਣੇ ਹੀ ਮਿਲ ਗਿਆ ਮੈਂ ਸਮਝਿਆ ਕਿ ਜੋ ਕੁਝ ਹੋ ਗਿਆ ਸੋ ਹੋ ਗਿਆ ਅੱਗੇ ਤੋਂ ਬਾਅਦ ਅੱਗੇ ਤੋਂ ਕੇਂਦਰ ਸਰਕਾਰ ਪੰਜਾਬ ਸਰਕਾਰ ਤੇ ਬਾਕੀ ਸੂਬਿਆਂ ਦੀਆਂ ਸਰਕਾਰਾਂ ਇੱਕ ਪੈਟਰਨ ਇੱਕ ਤਰੀਕਾ ਇਕ ਤਰਤੀਬ ਤੈ ਹੋ ਗਈ ਹੈ ਜਿਹੜੀ ਤਰਤੀਬ ਕੋਈ ਵੀ ਨਾ ਤੋੜੇ ਕਿਸੇ ਦਾ ਹੱਕ ਨਾ ਮਾਰਿਆ ਜਾਵੇ ਤੇ ਕੋਈ ਦੂਸਰਾਂ ਨੂੰ ਬਦੋ ਬਦੀ ਬਾਈਪਾਸ ਹੋ ਕੇ ਅੱਗੇ ਲੰਘ ਕੇ ਰਾਹ ਰੋਕਣ ਦਾ ਯਤਨ ਨਾ ਕਰੇ ਇਹ ਹੋ ਗਿਆ ਤੇ ਚੰਗਾ ਹੋਇਆ ਮੇਰੇ ਖਿਆਲ ਇਹ ਦੇ ਉੱਤੇ ਸਾਰੇ ਚੱਲਦੇ ਰਹਿਣ ਤੇ ਮੁਰਮੁਰ ਕੇ ਢਿੱਕੇ ਨਹੀਂ ਪੈਣਗੇ ਜੀ ਬਿਲਕੁਲ ਪੰਸਾ ਵੜ ਕੇ ਪੈਣੇ ਵੀ ਨਹੀਂ ਚਾਹੀਦੇ ਅੱਗੇ ਵਧਦੇ ਆ ਜੇਕਰ ਕੇਂਦਰ ਸਰਕਾਰ ਦੀ ਗੱਲ ਚੱਲਦੀ ਪਈ ਹੈ ਤੇ ਉਧਰ ਕੇਂਦਰੀ ਮੰਤਰੀ ਨੀਤਨ ਗੜਕਰੀ ਹੁਸ਼ਿਆਰਪੁਰ ਪਹੁੰਚੇ ਸੀ ਉਹਨਾਂ ਨੇ ਵਿਕਾਸ ਪ੍ਰੋਜੈਕਟਾਂ ਦਾ ਐਲਾਨ ਕੀਤਾ ਕਹਿੰਦੇ ਕਿ 4000 ਕਰੋੜ ਰੁਪਏ ਦੇ ਪ੍ਰੋਜੈਕਟ ਹੈ ਸੜਕਾਂ ਨਵੀਆਂ ਬਣਾਈਆਂ ਜਾਣਗੀਆਂ ਪਰ ਉਹਨਾਂ ਸਭ ਇਸ ਖਬਰ ਨੂੰ ਕਿਵੇਂ ਦੇਖਦੇ ਆ 2024 ਦੀਆਂ ਚੋਣਾਂ ਤੋਂ ਪਹਿਲਾਂ ਪੰਜਾਬ ਵੱਲ ਨਿਗਾਹ ਮਾਰਨੀ ਸ਼ੁਰੂ ਕਰ ਦਿੱਤੀ ਹੈ ਜਾਂ ਪੂਰੇ ਭਾਰਤ ਦੇ ਵਿਕਾਸਾਂ ਦੇ ਵਿੱਚੋਂ ਇੱਕ ਲਾਈਨ ਹੁਣ ਪੰਜਾਬ ਵਾਲੀ ਚੁਣੀ ਹੈ ਜੀ ਨਹੀਂ ਇਹ ਨਹੀਂ ਗੱਲ ਸਾਰੇ ਭਾਰਤ ਦੇ ਵਿੱਚ ਜਿੱਥੇ-ਜਿੱਥੇ ਵੀ ਵਿਕਾਸ ਕਾਰਜ ਹੋ ਰਹੇ ਆ ਖਾਸ ਕਰਕੇ ਸੜਕਾਂ ਸੰਸਾਰ ਦੇ ਪੈਮਾਨਿਆਂ ਦੇ ਜਿਹੜੇ ਐਕਸਪ੍ਰੈਸ ਵੇ ਬਣ ਰਹੇ ਆ ਵਰਲਡ ਬੈਂਕ ਦੀਆਂ ਸਕੀਮਾਂ ਵੀ ਨੇ ਇਹ ਜਿਹੜੀ ਹੋਣ ਵਾਲੀ ਸਕੀਮ ਆ ਇਹ ਬਹੁਤ ਪਹਿਲਾਂ ਵਾਜਪਾਈ ਸਾਹਿਬ ਦੇ ਵੇਲੇ ਵੀ ਚੱਲਦੀ ਸੀ ਨਰਸਿਮਹਾ ਰਾਓ ਦੇ ਵੇਲੇ ਪਾਸ ਹੋ ਗਈ ਸੀ ਗੁਜਰਾਲ ਤੇ ਦੇਵਗੋੜਾ ਸਰਕਾਰਾਂ ਵੇਲੇ ਵੀ ਕੰਮ ਚੱਲਿਆ ਸੀ ਪਰ ਸ਼ੁਰੂਆਤ ਤਾਂ ਇਹ ਵਾਜਪਾਈ ਸਰਕਾਰ ਵੇਲੇ ਹੋਈ ਸੀ ਮਨਮੋਹਨ ਸਿੰਘ ਦੀ ਸਰਕਾਰ ਵੇਲੇ ਵੀ ਬਣਦਾ ਸੀ ਕਿਸੇ ਦੇ ਵਕਤ ਵੀ ਬਣਦਾ ਉਹਦਾ ਸਵਾਗਤ ਕਰਨਾ ਚਾਹੀਦਾ ਜਿਹੜੇ ਪੰਜਾਬ ਦੇ ਪ੍ਰੋਜੈਕਟ ਕੇਂਦਰ ਦੇ ਮੰਤਰੀ ਨਿਤਿਨ ਗੜਕਰੀ ਨੇ ਐਲਾਨ ਕੀਤੇ ਮੈਂ ਉਹਨਾਂ ਦਾ ਸਵਾਗਤ ਕਰਦਾ ਹਰ ਪੰਜਾਬੀ ਸਵਾਗਤ ਕਰੇਗਾ ਸਾਨੂੰ ਬੜਾ ਫਾਇਦਾ ਹੋਵੇਗਾ ਪ੍ਰੋਜੈਕਟਾਂ ਦਾ ਇੱਕ ਪੱਖ ਤਾਂ ਇਹ ਆ ਜਿਹਦੇ ਵਾਸਤੇ ਅਸੀਂ ਉਹਨਾਂ ਦੇ ਧੰਨਵਾਦੀ ਹਾਂ ਦੂਸਰਾ ਪੱਖ ਇਹ ਆ ਕਿ ਇਸ ਮੌਕੇ ਵੀ ਰਾਜਨੀਤੀ ਭਾਰੂ ਜ਼ਰੂਰ ਹੋ ਜਾਂਦੀ ਆ ਹਰ ਵਾਰੀ ਹੁੰਦੀ ਆ ਸਾਨੂੰ ਪਤਾ ਕਿ ਲੀਡਰ ਤਾਂ ਲੀਡਰ ਹੁੰਦੇ ਆ ਕਿਸੇ ਦੇ ਬੱਚੇ ਦੇ ਵਿਆਹ ਤੇ ਅਸ਼ੀਰਵਾਦ ਦੇਣ ਜਾਣ ਤੇ ਉੱਥੇ ਵੀ ਰਾਜਨੀਤੀ ਘੋਲ ਬੈਂਦੇ ਆ ਕਿਸੇ ਦੇ ਬੇਬੇ ਬਾਪੂ ਦੇ ਭੋਗ ਤੇ ਜਾਣ ਤੇ ਉੱਥੇ ਵੀ ਰਾਜਨੀਤਿਕ ਮਿਹਣੇਬਾਜੀ ਕਰਦੇ ਰਹਿ ਨਹੀਂ ਸਕਦੇ ਇਸ ਕਰਕੇ ਇੱਕ ਦੂਸਰੇ ਦੇ ਸਮਾਗਮਾਂ 'ਚ ਜਾਣ ਤੋਂ ਝਿਜਕਦੇ ਆ ਪੰਜਾਬ ਸਰਦਾਰ ਸਰਕਾਰ ਦਾ ਸਮਾਗਮ ਹੋਵੇ ਤੇ ਭਾਜਪਾ ਬੜੇ ਤੇ ਅਕਾਲੀ ਤੇ ਕਾਂਗਰਸੀ ਆਮ ਤੌਰ ਤੇ ਜਾਣ ਤੋਂ ਪਰਹੇਜ਼ ਕਰਦੇ ਆ ਕੇਂਦਰ ਦੀ ਸਰਕਾਰ ਦਾ ਕੋਈ ਸਮਾਗਮ ਹੋਵੇ ਤੇ ਪੰਜਾਬ ਸਰਕਾਰ ਵਾਲੇ ਜਾਣ ਤੋਂ ਪਰਹੇਜ਼ ਕਰਦੇ ਆ ਕਾਰਨ ਸਾਰਿਆਂ ਨੂੰ ਪਤਾ ਉਹਨਾਂ ਨੇ ਇੱਥੇ ਸਮਾਗਮ ਰੱਖਿਆ ਪਤਾ ਨਹੀਂ ਸੱਦਾ ਦਿੱਤਾ ਕਿ ਨਹੀਂ ਦਿੱਤਾ ਪਰ ਮੁੱਦਾ ਇਹ ਬਣ ਗਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਿਉਂ ਨਹੀਂ ਆਏ ਜੀ ਕੇਂਦਰੀ ਮੰਤਰੀ ਐਡਾ ਵੱਡਾ ਹੁੰਦਾ ਉਹ ਆਇਆ ਉਹਨਾਂ ਦੇ ਨਾਲ ਕੇਂਦਰ ਦਾ ਰਾਜ ਮੰਤਰੀ ਸੋਮ ਪ੍ਰਕਾਸ਼ ਭਾਵੇਂ ਸਾਡੇ ਆਪਣੇ ਹੁਸ਼ਿਆਰਪੁਰ ਹਲਕੇ ਤੋਂ ਪਾਰਲੀਮੈਂਟ ਮੈਂਬਰ ਉਹ ਆਇਆ ਸਿਰਫ ਭਾਈਪਾਲੇ ਕਿਉਂ ਉੱਥੇ ਰਹਿ ਗਏ ਤੇ ਦੂਜੇ ਕਿਉਂ ਨਹੀਂ ਆਏ ਇਹੋ ਗੱਲ ਉਹਨਾਂ ਨੂੰ ਵੀ ਪੁੱਛਣੀ ਚਾਹੀਦੀ ਆ ਕਿ ਤੁਹਾਡੇ ਕੋਲ ਅਕਾਲੀ ਵੀ ਨਹੀਂ ਆਏ ਕਾਂਗਰਸੀ ਵੀ ਨਹੀਂ ਆਏ ਉਹ ਕਿਉਂ ਨਹੀਂ ਆਏ ਤੁਸੀਂ ਸਿਰਫ ਪੰਜਾਬ ਸਰਕਾਰ ਤੇ ਰੋਸ ਕਰਦੇ ਹੋ ਕਹਿੰਦੇ ਜੀ ਪ੍ਰੋਟੋਕੋਲ ਦਾ ਸਵਾਲ ਹੈ ਕੇਂਦਰ ਦਾ ਮੰਤਰੀ ਆਇਆ ਤੇ ਉਹਦੇ ਆਇਆਂ ਤੋਂ ਪੰਜਾਬ ਦਾ ਮੁੱਖ ਮੰਤਰੀ ਕਿਉਂ ਨਹੀਂ ਗਿਆ ਇਹ ਗੱਲਾਂ ਉਹ ਕਰਦੇ ਆ ਜਿਨ੍ਹਾਂ ਨੇ ਟੇਬਲ ਆਫ ਪ੍ਰੈਸੀਡੈਂਸ ਨਹੀਂ ਪੜ੍ਹਿਆ ਜਿਹੜਾ ਪ੍ਰੋਟੋਕੋਲ ਹੈ ਉਹ ਪੜ੍ਹਨਾ ਚਾਹੀਦਾ ਉਦੇ ਵਿੱਚ ਉੱਪਰ ਰਾਸ਼ਟਰਪਤੀ ਤੋਂ ਸ਼ੁਰੂ ਹੁੰਦਾ ਦੂਸਰਾ ਨੰਬਰ ਉੱਪਰ ਰਾਸ਼ਟਰਪਤੀ ਲੋਕ ਸਭਾ ਦੇ ਸਪੀਕਰ ਪ੍ਰਧਾਨ ਮੰਤਰੀ ਭਾਰਤ ਦੇ ਚੀਫ ਜਸਟਿਸ ਤੁਰਦਿਆਂ ਤੁਰਦਿਆਂ ਅੱਗੇ ਆਉਂਦਾ ਕੇਂਦਰੀ ਮੰਤਰੀ ਜਿਹੜਾ ਉਹਨਾਂ ਤੋਂ ਉੱਪਰ ਹੁੰਦਾ ਤੇ ਸੂਬੇ ਦਾ ਮੁੱਖ ਮੰਤਰੀ ਥੱਲੇ ਹੁੰਦਾ ਪਰ ਇਹਦੇ ਵਿੱਚ ਅਗਲੇ ਪਾਸੇ ਇੱਕ ਬ੍ਰੈਕਟ 'ਚ ਲਿਖਿਆ ਜਦੋਂ ਸੂਬੇ ਵਿੱਚ ਜਾਓ ਤੇ ਉੱਥੋਂ ਦਾ ਮੁੱਖ ਮੰਤਰੀ ਉੱਪਰ ਹੋਵੇਗਾ ਤੇ ਕੇਂਦਰੀ ਮੰਤਰੀ ਉਹ ਤੋਂ ਥੱਲੇ ਹੋਵੇਗਾ ਯਾਨੀ ਰਾਜਪੁਰੇ 'ਚ ਖਲੋਤੇ ਹਣ ਨਿਤਨ ਗੜਕਰੀ ਤੇ ਭਗਵੰਤ ਮਾਨ ਪਹਿਲਾ ਨੰਬਰ ਭਗਵੰਤ ਮਾਨ ਦਾ ਹੋ ਤੇ ਨਿਤਨਗੜ ਕੀ ਦਾ ਦੂਸਰਾ ਉਹ 10 ਕਿਲੋਮੀਟਰ ਅੱਗੇ ਜਾ ਕੇ ਸ਼ੰਭੂ ਬੈਰੀਅਰ ਟੱਪ ਕੇ ਹਰਿਆਣੇ ਦੀ ਹੱਦ ਤੇ ਚਲ ਜਓ ਪੰਜਾਬ ਦੀ ਹੱਦ ਖਤਮ ਹੋ ਜੇ ਪੰਜਾਬ ਦੇ ਮੁੱਖ ਮੰਤਰੀ ਦਾ ਨੰਬਰ 2 ਹੋ ਜਾਏਗਾ ਤੇ ਕੇਂਦਰੀ ਮੰਤਰੀ ਤੋਂ ਉੱਪਰ ਚਲ ਜੇਗਾ ਤੇ ਜੇ ਹਰਿਆਣੇ ਵਾਲਾ ਹੋ ਗਿਆ ਉੱਥੇ ਤੇ ਉਹ ਇਹਨਾਂ ਦੋਵਾਂ ਤੋਂ ਉੱਪਰ ਚਲ ਜੇਗਾ ਇਹ ਇੱਕ ਪ੍ਰੋਟੋਕੋਲ ਹੁੰਦਾ ਜਿਹਨੂੰ ਤੋੜਿਆ ਨਹੀਂ ਜਾ ਸਕਦਾ ਕੇਂਦਰ ਦਾ ਮੰਤਰੀ ਆਉਣਾ ਪੰਜਾਬ ਦਾ ਮੁੱਖ ਮੰਤਰੀ ਜਾਵੇ ਨਾ ਜਾਵੇ ਉਹਦੀ ਮਰਜ਼ੀ ਆ ਕਿ ਪੰਜਾਬ ਦੇ ਮੰਤਰੀ ਬਾਕੀ ਜਾਣ ਨਾ ਜਾਣ ਉਹਨਾਂ ਦੀ ਮਰਜ਼ੀ ਆ ਇਤ ਵਿੱਚ ਕੋਈ ਪ੍ਰੋਟੋਕੋਲ ਨਹੀਂ ਇੱਕ ਗੱਲ ਹੋਰ ਖਿਆਲ ਰੱਖਣੀ ਚਾਹੀਦੀ ਹੈ ਪਹਿਲਾਂ ਕੋਈ ਵਕਤ ਹੁੰਦਾ ਸੀ ਆਪਸ ਵਿੱਚ ਰਾਜਨੀਤਿਕ ਤੌਰ ਤੇ ਇੱਕ ਸਦਾਚਾਰ ਹੁੰਦਾ ਸੀ ਕੋਈ ਸਹਿਮਤੀ ਹੁੰਦੀ ਸੀ ਗਿਆਨੀ ਜੈਲ ਸਿੰਘ ਹੋਂਦੇ ਵਕਤੇ ਗੁਰੂ ਤੇਗ ਬਹਾਦਰ ਸ਼ਹੀਦ ਦੀ ਜਲੂਸੇ ਕੱਢਿਆ ਗਿਆ ਤੇ ਉਹਦੇ ਵਿੱਚ ਉਹਨਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਹਦਰ ਗੁਰਚੰਦ ਸਿੰਘ ਟੋੜਾ ਨੂੰ ਆਪ ਸੱਦਾ ਦਿੱਤਾ ਸੀ ਅਕਾਲੀ ਦਲ ਦੇ ਆਗੂ ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਆਪ ਸੱਦਾ ਦੇਣ ਗਏ ਸਨ ਜੀ ਅੱਜ ਕੱਲ ਉਹ ਸੱਦਿਆਂ ਦਾ ਰਿਵਾਜ ਨਹੀਂ ਅੱਜ ਕੱਲ ਇੱਕ ਦੂਸਰੇ ਨਾਲ ਕੋਈ ਹੱਥ ਮਿਲਾਉਣ ਨੂੰ ਤਿਆਰ ਨਹੀਂ ਗੱਲ ਕਰਨ ਨੂੰ ਤਿਆਰ ਨਹੀਂ ਹੁਣ ਤਾਂ ਨਵਾਂ ਰਿਵਾਜ ਇਹ ਪੈ ਗਿਆ ਕਿ ਹਰਿਆਣੇ ਚ ਕਾਂਗਰਸੀ ਮੁੱਖ ਮੰਤਰੀ ਭੁਪਿੰਦਰ ਸਿੰਘ ਢੋਡਾ ਹੁੰਦਾ ਸੀ ਕੇਂਦਰ ਵਿੱਚ ਪ੍ਰਧਾਨ ਮੰਤਰੀ ਹਰਿਆਣੇ ਚ ਮੁੱਖ ਮੰਤਰੀ ਹੁੰਦਾ ਸੀ ਭੁਪਿੰਦਰ ਸਿੰਘ ਢੋਡਾ ਕੇਂਦਰ ਚ ਪ੍ਰਧਾਨ ਮੰਤਰੀ ਬਣ ਕੇ ਨਰਿੰਦਰ ਮੋਦੀ ਇਹਨਾਂ ਕੋਰ ਖੇਤਰ ਦੇ ਵਿੱਚ ਸਾਬਕਾ ਫੌਜੀਆਂ ਦੀ ਰੈਲੀ ਰੱਖ ਲਈ ਉਹਨਾਂ ਪ੍ਰਧਾਨ ਮੰਤਰੀ ਦੇ ਤੌਰ ਤੇ ਆਉਣਾ ਸੀ ਕਾਂਗਰਸੀ ਮੁੱਖ ਮੰਤਰੀ ਨੇ ਮੁੱਖ ਮੰਤਰੀ ਦੇ ਤੌਰ ਤੇ ਜਾਣਾ ਸੀ ਉਹਨੇ ਪਹਿਲਾਂ ਬੋਲਣਾ ਸੀ ਸਾਹਮਣੇ ਫੌਜੀਆਂ ਦੇ ਵਿੱਚ ਭਾਜਪਾ ਦੀ ਪੀੜ ਸੀ ਇਹਨਾਂ ਨੇ ਮੋਤ ਦੀ ਮੋਤ ਦੀ ਮੋਤ ਦੀ ਕਰਕੇ ਉਹਨੂੰ ਬੋਲਣ ਨਹੀਂ ਸੀ ਦਿੱਤਾ ਉਸ ਤੋਂ ਬਾਅਦ ਇਹੋ ਕੋਈ ਜੰਮੂ ਕਸ਼ਮੀਰ ਤੇ ਜਾ ਕੇ ਉੱਥੋਂ ਦੇ ਮੁੱਖ ਮੰਤਰੀ ਉਮਰ ਅਬਦੁੱਲਾਹ ਨਾਲ ਕੀਤਾ ਗਿਆ ਸੀ ਜਦੋਂ ਕੇਂਦਰ ਦੀਆਂ ਰੈਲੀਆਂ ਵਿੱਚ ਸੂਬਿਆਂ ਦੇ ਮੁੱਖ ਮੰਤਰੀਆਂ ਦੀ ਵਜਤੀ ਕੀਤੀ ਜਾਣੀ ਹੈ ਉਹ ਕਿਉਂ ਜਾਣਗੇ ਇਸ ਕਰਕੇ ਆਪਸ ਵਿੱਚ ਸਦਾਚਾਰ ਵਧਾਉਣਾ ਚਾਹੀਦਾ ਕਟਨਾ ਘਟਾਉਣੀਆਂ ਚਾਹੀਦੀਆਂ ਵਿਕਾਸ ਪੰਜਾਬ ਦਾ ਹੋਵੇ ਦੇਸ਼ ਦਾ ਹੋਵੇ ਜਾਂ ਕਿਸੇ ਵੀ ਹੋਰ ਸੂਬੇ ਦਾ ਉਹ ਵਧੀਆ ਤਾਂ ਹੋ ਸਕਦਾ ਜੇ ਅਸੀਂ ਸਾਰੇ ਮਿਲ ਕੇ ਚੱਲੀਏ ਪਰ ਜੇ ਇੱਕ ਦੂਸਰੇ ਦੀ ਬੇਇੱਜ਼ਤੀ ਕਰਨ ਨੂੰ ਨਿਸ਼ਾਨਾ ਰੱਖ ਲਿਆ ਜਾਵੇ ਫਿਰ ਇੱਕ ਦੂਸਰੇ ਦਾ ਵਿਰੋਧ ਹੋਵੇਗਾ ਇਹ ਨਹੀਂ ਹੋਣਾ ਚਾਹੀਦਾ ਕੁਝ ਨਾ ਕੁਝ ਗੁਣਤਨਾ ਘਟਾਉਣੀਆਂ ਚਾਹੀਦੀਆਂ ਬਦਕਿਸਮਤੀ ਇਸ ਗੱਲ ਦੀ ਹੈ ਕਿ ਅਜੇ ਤੱਕ ਕੋਈ ਵੀ ਧਿਰ ਗੁਣਤਨਾ ਘਟਾਉਣ ਵਾਲੇ ਪਾਸੇ ਨੂੰ ਮੂੰਹ ਨਹੀਂ ਕਰਦੀ ਨਿਤਨ ਗੜਕਰੀ ਸਾਹਿਬ ਦੀ ਬੋਲੀ ਆਮ ਤੌਰ ਤੇ ਚੰਗੀ ਆ ਪਰ ਕਦੇ-ਕਦੇ ਬੋਲਣ ਲੱਗਿਆਂ ਉਹ ਵੀ ਹੱਦਾ ਟੱਪ ਜਾਂਦੇ ਹੁੰਦੇ ਆ ਸਾਰਿਆਂ ਨੂੰ ਯਾਦ ਹੈ ਇੱਕ ਦੀ ਹਰਦਵਾਰ ਦੇ ਵਿੱਚ ਡੇਰਾ ਦੂਨ ਤੇ ਬੋਲਦੇ ਉਹਨਾਂ ਨੇ ਕੀ ਆਖਿਆ ਸੀ ਅਫਜਲ ਗੁਰੂ ਬਾਰੇ ਉਹਨਾਂ ਨੇ ਆਖਿਆ ਸੀ ਕਾਂਗਰਸ ਦੀ ਸਰਕਾਰ ਉਹਨੂੰ ਫਾਂਸੀ ਨਹੀਂ ਲਾਉਂਦੀ ਇਹ ਉਹ ਕਾਂਗਰਸ ਵਲੰਦ ਜਵਾਈ ਹੈ ਇਹ ਲਫ਼ਜ਼ੋ ਨੇ ਵਰਤੇ ਸੀ ਉਹ ਗੱਲਾਂ ਲੋਕਾਂ ਨੂੰ ਸਾਰਿਆਂ ਨੂੰ ਪੁਰਾਣੀਆਂ ਯਾਦ ਨੇ ਕਿਸੇ ਨੂੰ ਭੁੱਲ ਥੋੜੀਆਂ ਜਾਣੀਆਂ ਇੱਥੇ ਕੋਈ ਪਤਾ ਨਹੀਂ ਕਿਹੜੇ ਵਕਤ ਕਿਹਨੇ ਕੀ ਮੂੰਹ ਪਾੜ ਕੇ ਕਹਿ ਦੇਣਾ ਤੇ ਇਸ ਕਰਕੇ ਆਪਸ ਵਿੱਚ ਇਕੱਠੇ ਨਹੀਂ ਹੁੰਦੇ ਮੈਂ ਸਮਝਿਆ ਕਿ ਕੜਤਨਾ ਘਟਾ ਕੇ ਪੰਜਾਬ ਦੀ ਸਰਕਾਰ ਕੇਂਦਰ ਦੀ ਸਰਕਾਰ ਪੰਜਾਬ ਦੇ ਮੰਤਰੀਆਂ ਕੇਂਦਰ ਦੇ ਮੰਤਰੀਆਂ ਨੂੰ ਮਿਲ ਕੇ ਚੱਲਣਾ ਚਾਹੀਦਾ ਜੀ ਤੁਨ ਸਾਹਿਬ ਇਹ ਤਾਂ ਹੋ ਗਈ ਪੰਜਾਬ ਦੇ ਵਿਕਾਸ ਪ੍ਰੋਜੈਕਟਾਂ ਦੀ ਗੱਲ ਅੱਗੇ ਵਧਦੇ ਆ ਗੱਲ ਕਰਨੀਆਂ ਮਹਾਰਾਸ਼ਟਰ ਦੀ ਮਹਾਰਾਸ਼ਟਰ ਦੇ ਵਿੱਚ ਵੀ ਇਕੱਠੇ ਹੋਣ ਦੀ ਕੋਸ਼ਿਸ਼ ਤਾਂ ਕੀਤੀ ਜਾ ਰਹੀ ਹੈ ਜਿਵੇਂ ਸਾਬਦੇ ਨਾਲ ਇਕਨਾਥ ਛਿੰਦੇ ਤੇ ਉਹਨਾਂ ਦੇ ਵਿਧਾਇਕ ਸਰਕਾਰ ਕਹਿ ਲਈ ਬਚ ਗਈ ਹੈ ਇਹਨੂੰ ਕਿਵੇਂ ਦੇਖਦੇ ਆ ਕੀ ਮਾਮਲਾ ਹੁਣ ਅਗਲੇ ਪਾਸੇ ਸਿਖਰਲੀ ਅਦਾਲਤ ਵੱਲ ਜਾ ਸਕਦਾ ਕੀ ਸੁਪਰੀਮ ਕੋਰਟ ਦੇ ਜਾਂ ਫਿਰ ਚੀਫ ਜਸਟਿਸ ਆਫ ਇੰਡੀਆ ਇਸ ਮਾਮਲੇ ਵਿੱਚ ਕੋਈ ਫੈਸਲਾ ਲੈ ਸਕਦੇ ਨੇ ਕਿਉਂਕਿ ਕਿਹਾ ਜਾ ਰਿਹਾ ਹੈ ਕਿ ਸਪੀਕਰ ਸਾਭ ਦੇ ਕਰੀਬੀ ਹੁਣ ਕਰਕੇ ਸਾਰਾ ਫੈਸਲਾ ਲੈ ਗਿਆ ਤੁਸੀਂ ਕਿਵੇਂ ਦੇਖਦੇ ਆ ਜੀ ਚੀਫ ਜਸਟਿਸ ਆਫ ਇੰਡੀਆ ਕੋਲ ਪੂਰੇ ਅਧਿਕਾਰ ਨੇ ਅਤੇ ਫੈਸਲਾ ਲੈ ਸਕਦੇ ਆ ਪਰ ਇਸ ਫੈਸਲੇ ਵਿੱਚ ਉਲਝਣਾ ਬਹੁਤ ਨੇ ਪਹਿਲੀ ਗੱਲ ਤਾਂ ਇਹ ਕਿ ਦਲ ਬਦਲੀ ਵਿਰੋਧੀ ਕਾਨੂੰਨ ਦੇ ਵਿੱਚ ਹੀ ਯੋਜਨਾ ਜਦੋਂ ਇਹ ਆਖਿਆ ਕਿ 2/3 ਮੈਂਬਰ ਕਿਸੇ ਪਾਸੇ ਚਲੇ ਜਾਣ ਤੇ ਪਾਰਟੀ ਛੱਡ ਕੇ ਵਕਰੀ ਪਾਰਟੀ ਬਣਾ ਸਕਦੇ ਆ ਉਹਦੀਆਂ ਹੱਦਾਂ ਤੇ ਉਹਦੀਆਂ ਸ਼ਰਤਾਂ ਇਸ ਤਰ੍ਹਾਂ ਦੀਆਂ ਕਿ ਬੰਦਾ ਕਨਫਿਊਜ਼ ਹੋ ਜਾਂਦਾ ਦੂਜੀ ਗੱਲ ਇਹ ਕਿ ਉਹ ਜਿਹੜੇ ਜਦੋਂ ਛੱਡ ਕੇ ਗਏ ਤੇ 54 ਐਮਐਲਏ ਸਨ ਸ਼ਿਵ ਸੈਨਾ ਦੇ ਉਹਨਾਂ ਦਾ 2/3 ਜਿਹੜਾ ਉਹ 36 ਬਣਦੇ 37 ਚਲੇ ਗਏ ਤਾਂ ਮਤਲਬ ਉਹ ਤੋਂ ਵੱਧ ਸੀ ਪਿੱਛੇ ਉਹਦੋਂ ਠਾਕਰੇ ਕੋਲ 17 ਰਹਿ ਗਏ ਸੀ ਸਾਰੇ ਉਹ ਆਪਣੀ ਪਹਿਲੀ ਸ਼ਰਤ ਤੇ ਪੂਰੀ ਕਰ ਗਏ ਇਹਨਾਂ ਦੂਜੀ ਸ਼ਰਤ ਲਾਤੀ ਕਿ ਜਿਹੜਾ ਉੱਥੇ ਪਾਰਟੀ ਦਾ ਚੀਫ ਵੇਪ ਸੀ ਉਹਨੇ ਆਖਿਆ ਸੀ ਤੁਸੀਂ ਉਹਨਾਂ ਨਾਲ ਨਹੀਂ ਜਾਣਾ ਫਿਰ ਵੀ ਗਏ ਤੇ ਉਹਨੇ ਗਲਤ ਕੀਤਾ ਇਸ ਕਰਕੇ ਪਾਰਟੀ ਵਿਧਾਨ ਸਭਾ ਦੀ ਮੈਂਬਰੀ ਤੋਂ ਡਿਸਕਵਾਲਿਫਾਈ ਹੁੰਦੇ ਆ ਸਪੀਕਰ ਨੇ ਆਖਿਆ ਜੀ ਜਿਹੜਾ ਤੁਹਾਡਾ ਚੀਫ ਵੇਪ ਬਣਾਇਆ ਇਸ ਚੀਫ ਵੇਪ ਨੂੰ 2 ਸਾਲ ਪਹਿਲਾਂ ਤੁਸੀਂ ਰੱਦ ਕਰ ਚੁੱਕੇ ਸੀ ਤਾਂ ਤੇ ਨਵਾਂ ਚੀਫ ਵੇਪ ਬਣਾਉਣਾ ਸੀ ਤੁਸੀਂ ਹੁਣ ਤੱਕ ਬਣਾਇਆ ਹੀ ਨਹੀਂ ਇਹ ਕਾਨੂੰਨੀ ਤੌਰ ਤੇ ਮੰਨਤਾ ਪ੍ਰਾਪਤ ਨਹੀਂ ਤੀਸਰੀ ਗੱਲ ਉਹਦੇ ਉੱਤੇ ਠਾਕਰੇ ਨੇ ਆਖੀ ਕਿ ਸਾਡੀ ਪਾਰਟੀ ਦਾ ਸੰਵਿਧਾਨਿਕ ਕਹਿੰਦਾ ਇਸ ਤਰ੍ਹਾਂ ਬੰਦੇ ਛੱਡ ਕੇ ਜਾਣ ਤੇ ਦਲ ਬਦਲੀ ਕਾਨੂੰਨ ਦੀ ਮਾਰ ਹੇਠ ਆਉਣਗੇ ਸਪੀਕਰ ਨੇ ਆਖਿਆ ਜੀ ਮੈਂ ਵੀ ਤੁਹਾਡੇ ਵਿੱਚ ਹੀ ਰਿਆਂ ਉਸ ਪਾਰਟੀ ਨੇ ਬਾਲ ਠਾਕਰੇ ਦੀ ਅਗਵਾਈ ਦੇ ਵਿੱਚ 1999 ਚ ਇੱਕ ਸੰਵਿਧਾਨ ਜਿਹੜਾ ਵਾ ਚੋਣ ਕਮਿਸ਼ਨ ਨੂੰ ਦਿੱਤਾ ਸੀ ਉਹਦੇ ਵਿੱਚ ਇਹ ਗੱਲ ਹੈ ਨਹੀਂ ਫਿਰ ਤੁਸੀਂ ਉਹਦੇ ਤੋਂ 19 ਸਾਲ ਬਾਅਦ 2018 ਚ ਆਪਣੇ ਪਾਰਟੀ ਸੰਵਿਧਾਨ ਚ ਸੋਧ ਕਰ ਲਈ ਜਿਹੜੀ ਸੋਧ ਕੀਤੀ ਸੀ ਤੁਹਾਨੂੰ ਨੋਟੀਫਾਈ ਕਰਾਉਣੀ ਚਾਹੀਦੀ ਸੀ ਤੁਹਾਨੂੰ ਚਾਹੀਦਾ ਸੀ ਚੋਣ ਕਮਿਸ਼ਨ ਕੋਲ ਵੀ ਜਾ ਕੇ ਲਿਖਾ ਦਿੰਦੇ ਕਿ ਅਸੀਂ ਇਹ ਸੋਧ ਕੀਤੀ ਆ ਤੁਸੀਂ ਉੱਥੇ ਲਿਖਾਇਆ ਹੀ ਨਹੀਂ ਇਸ ਕਰਕੇ ਪਹਿਲੇ ਜਿਹੜਾ ਸੰਵਧਾਨ ਆ ਉਹੋ ਹੀ ਮਾਨਤਾ ਪ੍ਰਾਪਤ ਹੈ ਉਹਦੇ ਹਿਸਾਬ ਨਾਲ ਮੈਂ ਸਾਰੀਆਂ ਗਿਣਤੀਆਂ ਮਿੰਟੀਆਂ ਕੀਤੀਆਂ ਨੇ ਇਹਦੇ ਮੁਤਾਬਕ ਜਿਹੜੇ 37 ਬੰਦੇ ਤੁਹਾਨੂੰ ਛੱਡ ਕੇ ਗਏ ਆ ਉਹਨਾਂ ਨੇ ਕੋਈ ਦਲ ਬਦਲੀ ਵਿਰੋਧੀ ਕੰਮ ਇਹੋ ਜਿਹਾ ਦਲ ਬਦਲੀ ਵਿਰੋਧੀ ਕਾਨੂੰਨ ਦੀ ਲੰਘਣਾ ਨਹੀਂ ਕੀਤੀ ਉਹਨਾਂ ਨੂੰ ਇਹਦੇ ਤੋਂ ਅਯੋਗ ਕਰਾਰ ਨਹੀਂ ਦਿੱਤਾ ਜਾ ਸਕਦਾ ਡਿਸਕਵਾਲਿਫਾਈ ਨਹੀਂ ਕੀਤੇ ਜਾ ਸਕਦੇ ਹੁਣ ਉਹਦੇ ਬਠਾਕਰੀ ਉਹਦੇ ਕਹਿੰਦੇ ਆ ਜੀ ਇਹ ਮਿਲ ਕੇ ਕੀਤਾ ਗਿਆ ਪੱਕੀ ਗੱਲ ਹੈ ਕਿ ਸਪੀਕਰ ਉੱਥੇ ਕਿਉਂਕਿ ਰਾਜਕਰ ਦੀ ਧਿਰ ਦੇ ਨਾਲ ਭਾਜਪਾ ਨਾਲ ਤੇ ਏਕਨਾਥ ਸਿੰਧੇ ਦੀ ਜਿਹੜੀ ਸਿਮਸਾਰਾ ਗਰੁੱਪ ਹੈ ਉਹਦੇ ਨਾਲ ਮਿਲ ਕੇ ਉਹ ਚੱਲਦਾ ਪਰ ਜਿਹੜੀਆਂ ਉਹਨੇ ਦਲੀਲਾਂ ਦਿੱਤੀਆਂ ਇਹਨਾਂ ਦਲੀਲਾਂ ਦੀ ਕਾਟ ਕਰਨੀ ਪੈ ਗਈ ਇਹ ਕਹਿੰਦੇ ਅਸੀਂ ਸੁਪਰੀਮ ਕੋਰਟ ਚੱਲੇ ਆ ਪਰ ਜੇ ਸੁਪਰੀਮ ਕੋਰਟ ਜਾ ਕੇ ਫਿਰ ਇਹਨਾਂ ਦੀਆਂ ਆਪਣੀਆਂ ਪਿਛਲੀਆਂ ਗਲਤੀਆਂ ਇਹਨਾਂ ਦੇ ਰਾਹ ਦਾ ਰੋੜਾ ਬਣ ਗਿਆ ਫਿਰ ਕੀ ਕਰਨਗੇ ਉਦੋਂ ਜਦੋਂ ਇਹ ਕਰਦੇ ਆ ਇਹਨਾਂ ਮੌਕਿਆਂ ਨੂੰ ਵੇਖਦੇ ਨਹੀਂ ਇੱਕ ਗੱਲ ਹੋਰ ਇਤਿਹਾਸਤ ਹੁੰਦੀ ਆ ਕਿ ਘਰ ਦਾ ਭੇਤੀ ਲੰਕਾ ਟਾ ਜਾਂਦਾ ਮਮਤਾ ਬੈਨਰਜੀ ਨੇ ਇੱਕ ਮੁੰਡੇ ਨੂੰ ਆਪਣੇ ਨਾਲ ਜਿਹੜਾ ਸਾਰੇ ਕੁਝ ਦਾ ਕਾਰਮੁਖਤਾਰ ਬਣਾਇਆ ਸੀ ਉਹ ਵਿਧਾਨ ਸਭਾ ਚੋਣਾਂ ਆਉਣ ਤੱਕ ਉਹਦਾ ਬਸਤਾ ਚੁੱਕ ਕੇ ਨਾਲ ਫਿਰਦਾ ਰਿਹਾ ਕਿਹੜਾ ਕਿਹੜਾ ਰਿਟਰਨਿੰਗ ਕਿੱਥੇ ਅਫਸਰ ਕਿੱਥੇ ਲਾਉਣਾ ਮਮਤਾ ਬੇਨਰਜੀ ਤੈਅ ਨਹੀਂ ਸੀ ਕਰਦੀ ਉਹ ਕਰਦਾ ਸੀ ਹਰ ਕੰਮ ਜਦੋਂ ਹੋ ਗਿਆ ਜਿਸ ਦਿਨ ਚੋਣ ਕਮਿਸ਼ਨ ਨੇ ਐਲਾਨ ਕਰਤਾ ਕਿ ਚੋਣਾਂ ਹੋਣਗੀਆਂ ਉਹ ਸਾਰੀਆਂ ਲਿਸਟਾਂ ਵੀ ਲੈ ਕੇ ਨਾਲ ਹੀ ਚੁੱਪ ਕਰਕੇ ਤ੍ਰਿੰਰਮੂਲ ਕਾਂਗਰਸ ਛੱਡ ਕੇ ਭਾਜਪਾ ਚਲਾ ਗਿਆ ਤੇ ਭਾਜਪਾ ਨੇ ਉਹਨੂੰ ਟਿਕਟ ਦਿੱਤੀ ਜਿਹੜੀ ਮਮਤਾ ਬੇਨਰਜੀ ਦਾ ਅਸਿਸਟੈਂਟ ਸੀ ਉਸੇ ਦੇ ਮੁਕਾਬਲੇ ਜਾ ਕੇ ਚੋਣ ਲੜ ਕੇ ਜਿੱਤ ਗਿਆ ਸੀ ਘਰ ਦਾ ਪੇਤੀੜਾ ਨੇ ਲੰਕਾ ਟਾਤੀ ਸੀ ਇੱਥੇ ਵੀ ਸਪੀਕਰ ਸਾਹਿਬ ਜਿਹੜੇ ਨੇ ਇਹ ਸ਼ੇਵ ਸੈਨਾ ਦੇ ਮੁਖੀ ਉਦਵ ਠਾਕਰੇ ਦੇ ਪੁੱਤਰ ਦਾ ਇਹ ਜੋੜੀਦਾਰ ਆ ਪੁਰਾਣਾ ਇਹ ਦੋਵੇਂ ਇਕੱਠੇ ਫਿਰਦੇ ਹੁੰਦੇ ਸੀ ਹਰ ਗੱਲ 'ਚ ਸਲਾਹ ਹੁੰਦੀ ਸੀ ਸਿਰਫ ਇੱਕ ਵਾਰੀ ਟਿਕਟ ਤੋਂ ਨਾ ਕੀਤੀ ਉਹਨੇ ਅੰਦਰ ਕੌੜ ਰੱਖ ਲਈ ਅੰਦਰੇ-ਅੰਦਰ ਰਹਿਦਾ ਰਿਆ ਜਦੋਂ ਮੌਕਾ ਆਇਆ ਤੇ ਉਹਨੂੰ ਸਮਝ ਲੱਗ ਗਿਆ ਕਿ ਉਹ ਲੰਕਾ ਸੜ ਸਕਦੀ ਹੈ ਉਹਨੇ ਉਸ ਵਕਤ ਠੱਬੀ ਮਾਰੀ ਤੇ ਉਦਵ ਠਾਕਰੇ ਦੀ ਸ਼ੇਵ ਸੈਨਾ ਜਿਹੜੀ ਆ ਨਾ ਤਿੰਨਾ 'ਚ ਰਹੀ ਨਾ ਤੇਰਾਂ 'ਚ ਹਮੇਸ਼ਾ ਸੜਕ 'ਤੇ ਫਿਰਦੇ ਆ ਇਹ ਤੋਂ ਬਾਕੀ ਪਾਰਟੀਆਂ ਨੂੰ ਵੀ ਥੋੜਾ ਜਿਹਾ ਸਬਕ ਜੀਆ ਸਿੱਖ ਲੈਣਾ ਚਾਹੀਦਾ ਜੀ ਕੌਣਸਾ ਅੱਗੇ ਵੱਧਦੇ ਗੱਲ ਕਰਨੀਆਂ ਸੁਆਮੀ ਪ੍ਰਸਾਦ ਮੋਰੀਆ ਦੀ ਜਿਨ੍ਹਾਂ ਦਾ ਇੱਕ ਬਿਆਨ ਬਹੁਤ ਚਰਚਾ ਵਿੱਚ ਹੈ ਬਾਬਰੀ ਮਸਜਿਦ ਨੂੰ ਢਾਉਣ ਲਈ ਭੀੜ ਨੂੰ ਕਾਬੂ ਕਰਨਾ ਔਖਾ ਸੀ ਇਹਦੇ ਵਿੱਚ ਕੋਈ ਸ਼ੱਕ ਨਹੀਂ ਜਦੋਂ ਬਾਬਰੀ ਮਸਜਿਦ ਢਾਈ ਗਈ ਤਾਂ ਉਸ ਵੇਲੇ ਭੀੜ ਕਾਬੂ ਕਰਨ ਲਈ ਕਹਿੰਦੇ ਆ ਕਿ ਗੋਲੀ ਵੀ ਚੱਲੀ ਗਈ ਸੀ ਇਸ ਗੱਲ ਨੂੰ ਲੈ ਕੇ ਹੁਣ ਕੌਂਟਰੋਵਰਸੀ ਪਹਿਲਾਂ ਵੀ ਪੈਦਾ ਹੋਈ ਸੀ ਹੁਣ ਇਸ ਕੌਂਟਰੋਵਰਸੀ ਤੇ ਬਿਆਨ ਕਿਉਂ ਦਿੱਤੇ ਜਾ ਰਹੇ ਹਨ ਸਭ ਕੀ ਮਾਮਲਾ ਹੈ ਉਪਰੋਂ ਪ੍ਰਾਣ ਪ੍ਰਤੀਸ਼ਟਾ ਦਾ ਪ੍ਰੋਗਰਾਮ ਲੱਗਿਆ ਆ ਰਿਹਾ ਤੇ ਇਸ ਤਰ੍ਹਾਂ ਦੇ ਬਿਆਨ ਬਾਜ਼ੀ ਮਾਹੌਲ ਵੀ ਖਰਾਬ ਕਰ ਸਕਦੇ ਆ ਜਾਂ ਕੀ ਰਾਜਨੀਤੀ ਲੱਗਦੀ ਪਿੱਛੇ ਜਿਹੜਾ ਸੁਆਮੀ ਪ੍ਰਸਾਦ ਮੌਰਿਆ ਉਹ ਪਹਿਲਾਂ ਬੀਐਸਪੀ ਨਾਲ ਵੀ ਰਿਹਾ ਚੁੱਕਾ ਉਹ ਪਹਿਲਾਂ ਭਾਜਪਾ ਨਾਲ ਵੀ ਰਹਿ ਚੁੱਕਾ ਅੱਜਕੱਲ ਫਿਰ ਸਮਾਜਵਾਦੀ ਪਾਰਟੀ ਨਾਲ ਉਹਨੇ ਜਿਹੜੀਆਂ ਗੱਲਾਂ ਕੀਤੀਆਂ ਨੇ ਉਹਦਾ ਇੱਕ ਆਪਣਾ ਟਾਂਗ ਹੈ ਉਹ ਗੱਲਾਂ ਵੀ ਕਹਿਤੀਆਂ ਜਿਹੜੀਆਂ ਸਮਾਜਵਾਦੀ ਪਾਰਟੀ ਦਾ ਮੁਖੀ ਅਖਲੇਸ਼ ਸਿੰਘ ਯਾਦਵ ਬਿਲਕੁਲ ਨਹੀਂ ਕਹਿੰਦਾ ਇਸ ਮੌਕੇ ਉਹਨੂੰ ਪਤਾ ਕਿ ਪ੍ਰਾਣ ਪ੍ਰਤੀਸ਼ਟਾ ਸਮਾਗਮ ਰੱਖਿਆ ਪਿਆ ਭਗਵਾਨ ਰਾਮ ਦੇ ਨਾਂ ਤੇ ਲੋਕ ਜਜ਼ਬਾਤੀ ਕੀਤੇ ਪਏ ਆ ਇਸ ਮੌਕੇ ਕੋਈ ਗੱਲ ਇਹੋ ਜਿਹੀ ਨਹੀਂ ਕਰਨੀ ਚਾਹੀਦੀ ਇਹ ਅਖਲੇਸ਼ ਜਾਣਦਾ ਹੈ ਪਰ ਅਖਲੇਸ਼ ਦੇ ਰਾਜਨੀਤੀ ਚੌਣ ਤੋਂ ਪਹਿਲਾਂ ਜਿਹੜਾ ਕਲੇਸ਼ ਆ ਉਸ ਕਲੇਸ਼ ਬਾਰੇ ਅਖਲੇਸ਼ ਨੂੰ ਚੇਤਾ ਨਹੀਂ ਪਿੱਕੀ ਕੁਛ ਹੋਇਆ ਸੀ 1999 ਦੇ ਵਿੱਚ ਪ੍ਰਧਾਨ ਮੰਤਰੀ ਬਣਿਆ ਸੀ ਰਾਜਾ ਵੀ.ਪੀ. ਸਿੰਘ ਉਹਦੀ ਸਰਕਾਰ ਬਹੁਤ ਸੰਪਤੀ ਵਾਲੀ ਨਹੀਂ ਸੀ ਉਹਨੂੰ ਇੱਕ ਪਾਸਿਓ ਕਾਮਰੇਡਾਂ ਦੀ ਹਮਾਇਤ ਸੀ ਦੂਸਰੇ ਪਾਸਿਓ ਭਾਜਪਾ ਦੀ ਉਹਦੀ ਕਮਜ਼ੋਰੀ ਦਾ ਲਾਭ ਉਠਾ ਕੇ ਭਾਜਪਾ ਦੇ ਲੀਡਰ ਲਾਲ ਕਿਸ਼ਨ ਅਡਵਾਨੀ ਨੇ ਬਾਬਰੀ ਮਸਜਿਦ ਢਾਉਣ ਵਾਸਤੇ ਰਾਮ ਮੰਦਰ ਬਣਾਉਣ ਵਾਸਤੇ ਰਾਮਰਾਜ ਤੋਰੀਆ ਸੀ ਜਦੋਂ ਤੋਰੀਆ ਤੇ ਪਤਾ ਲੱਗਿਆ ਇਹਨਾਂ ਬਾਬਰੀ ਮਸਜਿਦ ਢਾਉਣੀ ਹੈ ਤਾਂ-ਤਾਂ ਦੰਗੇ ਹੋਣ ਲੱਗ ਪਏ। ਮੁੱਖ ਮੰਤਰੀ ਮਲੇਮ ਸਿੰਘ ਯਾਦਵ ਸੀ ਉੱਤਰ ਪ੍ਰਦੇਸ਼ ਚ ਉਹਨੇ ਆਖਿਆ ਮੈਂ ਨਹੀਂ ਵੜਨ ਦੇਣਾ। ਇਹਨੇ ਆਖਿਆ ਜਾਵਾਂਗੇ। ਇਹ ਜਦੋਂ ਜਾਂਦੇ ਪਏ ਬਿਹਾਰ ਦੇ ਵਿੱਚ ਮੁੱਖ ਮੰਤਰੀ ਲਾਲੂ ਪ੍ਰਸਾਦ ਯਾਦਵ ਸੀ ਉਹਨੇ ਲਾਲ ਕਿਸ਼ਨ ਅਡਵਾਨੀ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਸੁਰਤਾ ਉੱਥੇ ਰੁਕ ਗਏ। ਫਿਰ ਉੱਥੋਂ ਜਦੋਂ ਇਹ ਛੁੱਟੇ ਜੇਲ੍ਹ ਤੋਂ ਇਹ ਉੱਥੇ ਜਿਹੜੀ ਬਾਬਰੀ ਮਸਜਿਦ ਐ ਢਾਉਣ ਵਾਸਤੇ ਭੀੜ ਲੈ ਕੇ ਗਏ। ਲਾਲ ਕਿਸ਼ਨ ਅਡਵਾਨੀ ਹੋਰੀ ਪਿੱਛੇ ਸੀ ਭੀੜ ਢਕਾਈ ਅੱਗੇ ਚੱਲੀ ਗਈ ਸਰਕਾਰ ਦੀ ਪੁਲਿਸ ਨੇ ਗੋਲੀ ਚਲਾਈ। 50 ਲੋਕ ਮਰ ਗਏ ਸਨ ਉਹਨਾਂ 50 ਦੇ ਵਰਨ ਤੋਂ ਬਾਅਦ ਭੀੜ ਇੱਕ ਵਾਰੀ ਮੋੜਾਈ ਫਿਰ 1991 ਚ ਗਈ ਉਸੇ ਤਰੀਕ ਨੂੰ 6 ਦਸੰਬਰ ਨੂੰ ਉਦੋਂ ਇਹਨਾਂ ਜਾ ਕੇ ਭੀੜ ਭੜਕੀ ਨੇ ਬਾਬਰੀ ਮਸਜਿਦ ਤੇ ਇੱਕ ਟੱਕ ਵੀ ਲਾਤਾ ਬੰਦੇ ਉਦੋਂ ਵੀ ਮਰੇ ਸਨ ਫਿਰ ਮੋੜਾਈ ਤੀਜੀ ਵਾਰੀ 1992 ਚ ਫਿਰ 6 ਦਸੰਬਰ ਨੂੰ ਗਏ ਤੇ ਇਹਨਾਂ ਨੇ ਬਾਬਰੀ ਮਸਜਿਦ ਢਾਤੀ ਤਿੰਨ ਹੱਲੇ ਸਨ ਉਸ ਪਹਿਲੇ ਹੱਲੇ ਚ ਜਦੋਂ ਗੋਲੀ ਚਲਾਈ ਗਈ ਤੇ 50 ਲੋਕ ਮਰ ਗਏ ਉਹ ਗੱਲ ਹੁਣ ਤੱਕ ਦੱਬੀ ਸੀ ਉਹਨੋ ਉਹ ਸੁਆਮੀ ਪ੍ਰਸਾਦ ਮੋਰੀਆ ਬੁੱਧ ਧਰਮ ਦੇ ਇੱਕ ਸਮਾਗਮ 'ਚ ਗਿਆ ਤੇ ਉੱਥੇ ਪੱਤਰਕਾਰਾਂ ਨੇ ਪੁੱਛ ਲਿਆ ਕਿ ਰਾਮ ਮੰਦਰ ਤਾਂ ਬਣ ਗਿਆ ਬਾਬਰੀ ਮਸਜਿਦ ਦਾ ਢਾਣ ਵਾਲੀ ਢਹਿ ਗਈ ਅਦਾਲਤ ਨੇ ਕਹਿਤਾ ਜੋ ਇਹ ਠੀਕ ਹੋਇਆ ਇਹ ਤੁਸੀਂ ਦੱਸੋ ਕਿ ਤੁਹਾਡੀ ਪਾਰਟੀ ਦਾ ਮੁੱਖ ਮੰਤਰੀ ਸੀ ਮਲੇਮ ਸਿੰਘ ਯਾਦਵ ਉਹਨੇ ਫਿਰ ਗੋਲੀ ਚਲਾ ਕੇ ਫੋਰਸ ਤੋਂ ਗੋਲੀ ਚਲਵਾ ਕੇ 50 ਬੰਦੇ ਮਾਰਤੇ ਉਹ ਤੇ ਫਿਰ ਐਵੇਂ ਹੀ ਮਾਰਤੇ ਹੋਣਗੇ ਸੁਆਮੀ ਪ੍ਰਸਾਦ ਨੇ ਆਖਿਆ ਜੀ ਐਵੇਂ ਨਹੀਂ ਉਹਨੇ ਸੋਚ ਚੁੱਕੀ ਸੀ ਸੰਵਿਧਾਨ ਦੀ ਪਾਲਣਾ ਦੀ ਆਪਣੇ ਯੂਪੀ ਦੇ ਲੋਕਾਂ ਦੀ ਜਾਨ ਮਾਲ ਦੀ ਰਾਖੀ ਦੀ ਉਹਦੇ ਸਾਹਮਣੇ ਜਦੋਂ ਭੜਕੀ ਭੀੜ ਇੱਕ ਗੈਰ ਕਾਨੂੰਨੀ ਕੰਮ ਕਰਨ ਵਾਸਤੇ ਜਾ ਰਹੀ ਹੈ ਜਿਹੜੇ ਕੰਮ ਤੋਂ ਸੁਪਰੀਮ ਕੋਰਟ ਨੇ ਵੀ ਰੋਕਿਆ ਉਹਨੇ ਉਸ ਮੌਕੇ ਤੇ ਆਪਣੀ ਫੋਰਸ ਨੂੰ ਆਖਿਆ ਨਹੀਂ ਕਰਨ ਦੇਣਾ ਇਹ ਅੱਗੇ ਵਧਣ ਲੱਗੇ ਫੋਰਸ ਨੇ ਗੋਲੀ ਚਲਾ ਦਿੱਤੀ ਤੇ ਉਹ ਚ ਗਲਤ ਕੀ ਹੈ ਇਹ ਗੱਲ ਉਹ ਕਹਿੰਦਾ ਪਰ ਇਹ ਤੋਂ ਅਗਲੀ ਗੱਲ ਸੁਣੋ ਇਹ ਸਾਰੀਆਂ ਗੱਲਾਂ ਠੀਕ ਕੋਣ ਗਲਤ ਉਹਨੇ ਸਭ ਕੁਝ ਪਿੱਛੇ ਰਹਿ ਗਿਆ ਐਸ ਮੌਕੇ ਤੇ ਜਦੋਂ ਸਾਰੇ ਪਾਸੇ ਰਮਰਾ राम ਦੇ ਨਾਂ ਦੀ ਧੁੰਗ ਵਜਦੀ ਹੈ ਜਦੋਂ ਭਾਰਤੀ ਜਨਤਾ ਪਾਰਟੀ ਤਿਆਰਸ ਤੇ ਹੋਰ ਹਿੰਦੂ ਜਥੇਬੰਦੀਆਂ ਨੇ ਲੋਕਾਂ ਨੂੰ ਜਜ਼ਬਾਤੀ ਕੀਤਾ ਪਿਆ ਇਸ ਮੌਕੇ ਤੇ ਇਹੋ ਜੀ ਸੁਰ ਕਢਣੀ ਆਸ ਮੌਕੇ ਤੇ ਲੋਕਾਂ ਚ ਕੜਤਣਾ ਪਹਿਲਾਂ ਬਥੇਰੀਆਂ ਹੋਰ ਕੜਤਣਾ ਭਰਨੀਆਂ ਇਹ ਠੀਕ ਨਹੀਂ ਅਖਲੇਸ਼ ਸਿੰਘ ਯਾਦਵ ਇਹੋ ਜੀ ਗੱਲ ਦੇ ਨਾਲ ਸਹਿਮਤ ਨਹੀਂ ਹੋ ਸਕਦਾ ਉਹਨੇ ਇਹੋ ਜਿਆ ਕੋਈ ਬਿਆਨ ਨਹੀਂ ਦਿੱਤਾ ਪਰ ਸੁਆਮੀ ਪ੍ਰਸਾਦ ਮੋਰੀਆ ਥੋੜਾ ਜਿਹਾ ਬਡਬੋਲੇ ਕਿਸਦਾ ਉਹਨੇ ਗੱਲ ਸੱਚੀ ਵੀ ਕਹਿਣੀ ਹੋਵੇ ਤੇ ਕਹਿਣ ਲੱਗਿਆ ਲਫ਼ਜ਼ੋ ਇਸ ਤਰ੍ਹਾਂ ਦੇ ਕੌੜੇ ਚੁੰਦਾ ਕਿ ਉਹਨਾਂ ਲਫ਼ਜ਼ਾਂ ਦੇ ਨਾਲ ਕਈ ਕੁਝ ਹੋ ਜਾਂਦਾ ਬਿਹਤਰ ਇਹ ਸੀ ਕਿ ਇਹੋ ਜੇ ਮੌਕੇ ਦੇ ਉੱਤੇ ਉਹ ਆਪਣੀ ਜ਼ੁਬਾਨ ਬੰਦ ਰੱਖ ਦਿੱਤਾ ਜੇ ਉਹਨਾਂ ਨੇ ਕੁਝ ਕਹਿ ਵੀ ਦਿੱਤਾ ਹੁਣ ਉਹਦੀ ਪਾਰਟੀ ਦੇ ਪ੍ਰਧਾਨ ਅਖਲੇਸ਼ ਸਿੰਘ ਯਾਦਵ ਨੂੰ ਇਹ ਮੁੱਦਾ ਬਹੁਤਾ ਵਧਣ ਤੋਂ ਪਹਿਲਾਂ ਕੋਈ ਨਾ ਕੋਈ ਬਿਆਨ ਦੇ ਕੇ ਤੇ ਮਾਹੌਲ ਸੰਭਾਲਣਾ ਚਾਹੀਦਾ ਤਾਂ ਕਿ ਅਸਮੁਕੇ ਹੋਰ ਗੜਤਨ ਨਾ ਵਧੇ ਜੀ ਪੰ ਸਰ ਜਾਂਦੇ ਜਾਂਦੀ ਗੱਲ ਕਿਸਾਨਾਂ ਦੀ ਕਰਨੀ ਹੈ ਕਿਸਾਨਾਂ ਨੇ ਇੱਕ ਜਥੇਬੰਦੀ ਨੇ ਐਲਾਨ ਕੀਤਾ ਕਿ ਦਿੱਲੀ ਵਿੱਚ 26 ਤਰੀਕ ਨੂੰ ਟਰੈਕਟਰ ਪ੍ਰੇਡ ਕਰਨਗੇ ਇਸ ਤੋਂ ਪਹਿਲਾਂ ਵੀ ਇੱਕ ਟਰੈਕਟਰ ਪ੍ਰੇਡ ਕਰਦੀ ਗਈ ਸੀ ਇਸ ਵਾਰ ਹੋਣ ਵਾਲੀ ਪ੍ਰੇਡ ਨੂੰ ਕਿਵੇਂ ਦੇਖਦੇ ਆ ਜੀ ਇਹਦਾ ਕੀ ਪ੍ਰਭਾਵ ਪੈ ਸਕਦਾ ਕਿਸਾਨਾਂ ਦੀਆਂ 40 ਤੋਂ ਵੱਧ ਜਥੇਬੰਦੀਆਂ ਹੁੰਦੀਆਂ ਸੀ ਜਿਨ੍ਹਾਂ ਨੇ ਸੰਯੁਕਤ ਕਿਸਾਨ ਮੋਰਚਾ ਬਣਾਇਆ ਤੇ ਲੜਾਈ ਲੜੀ ਸੀ ਉਸ ਲੜਾਈ ਦੇ ਦੌਰਾਨ ਜਦੋਂ ਵੇਖਿਆ ਕਿ ਕੇਂਦਰੀ ਸਰਕਾਰ ਕੋਈ ਗੱਲ ਨਹੀਂ ਸੁਣਦੀ ਉਹਨਾਂ ਆਖਿਆ 26 ਜਨਮ ਦਿਨ ਨੂੰ ਸਿਰ ਪਬਲਿਕ ਡੀਮ ਨਾ ਪਰੇਡ ਹੋਵੇਗੀ ਝਾਕੀਆਂ ਆਉਣਗੇ ਨਾ ਆਖਿਆ ਸੀ ਉਸੇ ਦਿਨ ਟਰੈਕਟਰ ਮਾਰਚ ਕਰਾਂਗੇ ਸਰਕਾਰ ਦੀ ਪਰੇਡ ਦੀਆਂ ਝਾਕੀਆਂ ਪਿੱਛੇ ਰਹਿ ਗਈਆਂ ਇਹਨਾਂ ਨੇ ਟਰੈਕਟਰ ਮਾਰਚ ਕੀਤਾ ਉਹਦੇ ਵਿੱਚ ਇੰਨੀ ਗੜਬੜ ਹੋ ਗਈ ਕਿ ਜਿਹੜੇ ਆਪ ਹਧਰੇ ਕਿਸਮ ਦੇ ਬੰਦੇ ਸਨ ਉਹ ਰਸਤੇ ਦੇ ਵਿੱਚੋਂ ਆਪਣੇ ਟਰੈਕਟਰਾਂ ਨੂੰ ਘੁਮਾ ਕੇ ਲਾਲ ਕਿਲੇ ਚ ਲੈ ਗਏ ਲਾਲ ਕਿਲੇ ਦੇ ਅੰਦਰ ਜਾ ਕੇ ਜੋ ਭੰਨ ਤੋੜ ਹੋਈ ਜੋ ਦੀਆਂ ਛੱਤਾਂ ਤੇ ਚੜ ਕੇ ਉਹ ਕੀਤਾ ਗਿਆ ਸਾਰਾ ਕੁਝ ਰਿਕਾਰਡ ਦੇ ਉੱਤੇ ਕਿਸੇ ਨੂੰ ਚੇਤਾ ਨਹੀਂ ਭੁੱਲਾ ਹੋਇਆ। ਉਹਦੇ ਤੋਂ ਬਾਅਦ ਬੜਾ ਇਸ ਗੱਲ ਦਾ ਮਾਹੌਲ ਜਿਹੜਾ ਸੀ ਉਹ ਸਾਰੇ ਦਾ ਸਾਰਾ ਕਿਸਾਨਾਂ ਦੇ ਖਿਲਾਫ ਵਰਤਿਆ ਗਿਆ ਸੀ। ਉਦੋਂ ਬਾਅਦ ਅਜੇ ਤੱਕ ਇਹੋ ਜੀ ਕੋਈ ਗੱਲ ਨਹੀਂ ਚਲੋ ਕਿਸਾਨ ਮੋਰਚੇ ਤੇ ਡਟੇ ਰਹੇ ਜਿੱਤ ਕੇ ਆਗੇ ਸਨ। ਸਾਰਾ ਕੋਈ ਯਤਨ ਤੋਂ ਬਾਅਦ ਵੀ ਇਹਨਾਂ ਨੇ ਇਸ ਕਰਕੇ ਅਗਵਾ ਲਿਆ ਕਿ ਉਸੇ ਤੋਂ ਤਿੰਨ ਚਾਰ ਮਹੀਨੇ ਬਾਅਦ ਵਿਧਾਨ ਸਭਾ ਦੀ ਚੋਣ ਆ ਗਈ ਵਿਧਾਨ ਸਭਾ ਦੀ ਚੋਣ 'ਚੋਂ ਕੁਝ ਕਿਸਾਨ ਲੜਨ ਦੇ ਤੌਰ 'ਤੇ ਕੁਝ ਦਾ ਵਿਰੋਧ ਕਰਨ ਦੇ ਤੌਰ 'ਤੇ ਕੁਝ ਅਧ ਵਿਚਾਰੇ ਖਲੋਗੇ। ਉਹਨੂੰ ਗੱਲ ਹੋਈ ਨਹੀਂ ਬਣੀ। ਇਦੇ ਉੱਤੇ ਹੀ ਸਾਰੇ ਆਪਸ ਵਿੱਚ ਪਾਟ ਗਿਆ ਜਿਹੜਾ ਸੰਯੁਕਤ ਕਿਸਾਨ ਮੋਰਚਾ ਸੀ ਉਹ ਇੱਕ ਦੀ ਥਾਂ ਦੋ ਤਿੰਨ ਬਣੇ ਫਿਰਦੇ ਆ ਇੱਕ ਸੰਯੁਕਤ ਕਿਸਾਨ ਮੋਰਚਾ ਰਾਜੇਵਾਲੋਂ ਪਾਣੀਆਂ ਦੇ ਸਵਾਲ ਤੇ ਚੰਡੀਗੜ੍ਹ ਮੋਰਚਾ ਲਾਉਂਦਾ ਇੱਕ ਸੰਯੁਕਤ ਕਿਸਾਨ ਮੋਰਚਾ ਡੱਲੇਵਾਲ ਇਹ ਰਾਜੇਵਾਲ ਡੱਲੇਵਾਲ ਪਹਿਲਾਂ ਇਕੱਠੇ ਹੁੰਦੇ ਸੀ ਹੁਣ ਦੋ ਅੱਡ ਅੱਡ ਡੱਲੇਵਾਲ ਸਾਹਿਬਾ ਦਾ ਮੋਰਚਾ ਦਿੱਲੀ ਨੂੰ ਤੁਰ ਪਿਆ ਉਹ ਕਹਿੰਦੇ ਉੱਥੇ ਟਰੈਕਟਰ ਪ੍ਰੇਡ ਕੱਢਣੀ ਆ ਅਸੀਂ ਨਾ ਉਹਦਾ ਵਿਰੋਧ ਕਰਦੇ ਨਾ ਉਹਦਾ ਕਰਦੇ ਅਸੀਂ ਕਹਿੰਦੇ ਠਰਮੇ ਨਾਲ ਚੱਲਿਓ ਅੱਗੇ ਬਹੁਤ ਨੁਕਸਾਨ ਹੋ ਚੁੱਕਾ ਐਸ ਵਾਰੀ 26 ਜਨਵਰੀ ਦੀ ਪ੍ਰੇਡ ਮੌਕੇ ਜ ਉਹਨਾਂ ਨੂੰ ਪਹਿਲਾਂ ਕੋਈ ਥੋੜਾ ਠਹਿਮਣਾ ਚਾਹੀਦਾ ਨਜਮਾ ਕਰੋਨਾ ਦਾ ਖਿਆਲ ਰੱਖਣਾ ਚਾਹੀਦਾ ਕੁਝ ਲੋਕ ਟਰੈਕਟਰਾਂ ਨੂੰ ਟੈਂਕਾਂ ਦਾ ਰੂਪ ਦੇ ਕੇ ਤੁਰ ਪੈਂਦੇ ਆ ਕੁਝ ਟਰੈਕਟਰਾਂ ਦੇ ਨਾਲ ਦੋ ਦੋ ਤਿੰਨ ਤਿੰਨ ਤਿਆਰ ਇਸ ਤਰ੍ਹਾਂ ਚਾੜ੍ਹ ਕੇ ਤੁਰਦੇ ਆ ਜਿਵੇਂ ਕੋਈ ਬਹੁਤ ਖਾਸ ਕਿਸਮ ਦੀ ਚੀਜ਼ ਬਣਾ ਕੇ ਪੇਸ਼ ਕਰਨੀ ਹੋਵੇ ਇਹਦੇ ਵਿੱਚ ਵਿਖਾਵੇ ਵਾਲੀਆਂ ਗੱਲਾਂ ਜਿਹੜੀਆਂ ਅੰਤ ਨੂੰ ਕਿਸੇ ਕਿਸਮ ਦੇ ਟਕਰਾ ਦਾ ਕਾਰਨ ਬਣਦੀਆਂ ਜਾਂ ਲੀਤੋ ਸਾਰੇ ਕਿਸਾਨ ਮੋਰਚੇ ਨੂੰ ਲਾ ਦੇਣ ਉਹਨਾਂ ਤੋਂ ਬਚਣਾ ਚਾਹੀਦਾ ਤੇ ਬਚਣਾ ਨੌਜਵਾਨਾਂ ਨੇ ਨਹੀਂ ਨੌਜਵਾਨਾਂ ਦੇ ਜੋਸ਼ ਦੇ ਪਿੱਛੇ ਜਿਹੜਾ ਬਜ਼ੁਰਗਾਂ ਦਾ ਹੋਸ਼ ਆ ਉਸ ਹੋਸ਼ ਦੇ ਨਾਲ ਇਹਨਾਂ ਦੀ ਹੋਸ਼ ਦੇ ਨਾਲ ਨੌਜਵਾਨਾਂ ਦੇ ਜੋਸ਼ ਨੂੰ ਕੰਟਰੋਲ ਕਰਕੇ ਚੱਲਣਾ ਪਈਗਾ ਨਹੀਂ ਤੇ ਕੱਲ ਨੂੰ ਕੋਈ ਹੋਰ ਚੰਦਨਾ ਚੜਾ ਦੇਣ ਜਰਾ ਬਚ ਕੇ ਚਲਿਓ ਬਾਕੀ ਤੁਹਾਡੀ ਮਰਜ਼ੀ ਜੋ ਮਰਜ਼ੀ ਕਰਿਓ ਜੀ ਬਿਲਕੁਲ ਪ੍ਰਧਾਨ ਸਾਹਿਬ ਦੇਖ ਤੇ ਆਉਣ ਵਾਲੇ ਸਮੇਂ 'ਚ ਹਾਲਾਤ ਕਿਸ ਤਰ੍ਹਾਂ ਦੇ ਬਣਦੇ ਨੇ ਬਾਕੀ ਤੁਸੀਂ ਹਰ ਰੋਜ਼ ਦੀ ਤਰ੍ਹਾਂ ਸਮਾਂ ਕੱਢਿਆ ਖਬਰਾਂ ਤੇ ਚਰਚਾ ਕੀਤੀ ਤੁਹਾਡਾ ਬਹੁਤ ਧੰਨਵਾਦ ਜੀ ਜੀ ਮਿਹਰਬਾਨੀ ਸ਼ੁਕਰੀਆ ਜੀ ਤੇ ਇਸਾਂ ਸੀਨੀਅਰ ਪੱਤਰਕਾਰ ਜਤਿੰਦਰ ਪੰਨੂ ਜੀ ਜਿਨ੍ਹਾਂ ਖਬਰਾਂ ਤੇ ਚਰਚਾ ਕੀਤੀ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਨ ਦਾ ਵੇਲਾ ਆ ਗਿਆ ਮੈਨੂੰ ਨਵਜੀਤ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਪ੍ਰਾਈਮੇਸ਼ੀਆ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ